ਇੱਕ ਸ਼ਬਾਜ਼ ਸ਼ਰੀਫ ਤੇ ਇੱਕ ਨਵਾਜ਼ ਸ਼ਰੀਫ, ਦੋਵੇਂ ਮੇਰੇ ਕੋਲ ਟਿਊਸ਼ਨ ਪੜ੍ਹਦੇ ਸੀ ਦੋਵੇਂ, ਤੇ ਹੁਣ ਇਹਨਾਂ ਨੂੰ ਵੇਖ ਲਓ ਮੈਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਨੇ। ਸਦਕੇ ਨਾ ਜਾਵਾਂ, ਇਹ ਮੈਨੂੰ ਫੀਸ ਨਹੀਂ ਸੀ ਦਿੰਦੇ, ਮੈਂ ਇਹਨਾਂ ਨੂੰ ਗਲਤ ਪੜ੍ਹਾਉਂਦਾ ਸੀ, ਮੈਂ ਸਕੂਲ ਵਾਲਿਆਂ ਨੂੰ ਕਹਿ ਕੇ ਇਹਨਾਂ ਨੂੰ ਫੇਲ ਕਰਾਉਂਦਾ ਰਿਹਾ, ਮੈਂ ਜਾਣ ਬੁੱਝ ਕੇ ਔਖੇ ਸਵਾਲ ਕਰਨੇ, ਇਹਨਾਂ ਨੂੰ ਜਵਾਬ ਨਾ ਆਉਣਾ ਮੈਂ ਡੰਡੇ ਨਾਲ ਕੁੱਟਣਾ। ਇੱਕ ਦਿਨ ਇਹਨਾਂ ਦਾ ਨੌਕਰ ਉਲਾਮਾ ਲੈ ਕੇ ਆ ਗਿਆ ਕਿ ਬਾਈ ਤੂੰ ਇਹਨਾਂ ਨੂੰ ਮਾਰਿਆ ਨਾ ਕਰ। ਮੈਂ ਕਿਹਾ ਖਲੋ, ਤੇਰੀ ਐਸੀ ਦੀ ਤੈਸੀ, ਨੌਕਰ ਹੋਏਗਾ ਤੇ ਘਰ ਹੋਏਗਾ। ਖੈਰ ਮੈਂ ਇਹਨਾਂ ਨੂੰ ਇੰਨਾ ਪੜ੍ਹਾਇਆ ਕਿ ਅੱਜ ਇਹਨਾਂ ਕੋਲ ਦੋ ਦਾ ਭਾੜਾ ਸੁਣ ਲਓ ਨਹੀਂ ਆਏਗਾ। ਏ ਬੀ ਸੀ ਪੂਰੀ ਸੁਣਾ ਦੇਣ, ਮੈਂ ਧਰਨਾ ਛੱਡ ਦਿੰਦਾ ਵਾਂ। ਇਹ ਫਿਰ ਪਤਾ ਨਹੀਂ ਕਿੱਥੋਂ ਪੜ੍ਹੇ, ਖੈਰ ਜਿੱਥੋਂ ਵੀ ਪੜ੍ਹੇ ਨਹੀਂ ਪੜ੍ਹੇ ਮੈਨੂੰ ਕੀ, ਪਰ ਜਿੱਥੋਂ ਵੀ ਇਹ ਪੜ੍ਹੇ ਆ ਉਹ ਅਗਲੇ ਮੁੱਕੇ ਮਾਰ ਕੇ ਪੜ੍ਹਾਉਂਦੇ ਸੀ, ਅਗਲਿਆਂ ਨੇ ਕੁੱਟ ਕੁੱਟ ਕੇ ਇੰਨਾ ਹੀ ਤਲੀਮ ਭਰੀ ਆ। ਮੈਂ ਸਿਰਫ 9 ਦਿਨ ਇਹਨਾਂ ਨੂੰ ਟਿਊਸ਼ਨ ਪੜ੍ਹਾਈ ਆ, ਅੱਜ ਵੀ ਉਹਨਾਂ ਦੀ ਫੀਸ ਰਹਿੰਦੀ ਆ। ਉਹਦੇ ਬਦਲੇ ਅਸਤੀਫਾ ਹੀ ਦੇ ਦਿਓ ਯਾਰ,